ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ। ਮਾਵਾਂ 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 ਮਾਂ ਜੰਨਤ ਦਾ ਪਰਛਾਵਾਂ ਹੋ, ਮਾਵਾਂ 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 ਮਾਂ ਜੰਨਤ ਦਾ ਪਰਛਾਵਾਂ, ਮਾਏ ਤੇਰੇ ਵੇੜੇ ਵਿੱਚ ਰੱਬ ਵਸਦਾ, ਤੈਥੋਂ ਪਲ ਵੀ ਦੂਰ ਨਾ ਜਾਵਾਂ। ਮਾਵਾਂ 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 ਮਾਂ ਜੰਨਤ ਦਾ ਪਰਛਾਵਾਂ, ਮਾਂ ਜੰਨਤ ਦਾ ਪਰਛਾਵਾਂ ਹੋ। ਮਾਹੀ ਰੇ, ਮਾਹੀ ਮਾਹੀ ਰੇ।
आ धूप मलू मैं तेरे हाथों में, आ सजदा करूं मैं तेरे हाथों में, ओ सुबह की मेहंदी छलक रही है, आजा आजा माहिया, आजा माहिया, आजा आजा माहिया, करूं मैं तेरे हाथों में, ओ सुबह की मेहंदी छलक रही है, आजा आजा माहिया, ओ आजा माहिया, आजा आजा माहिया, आजा माहिया, माहे माहे रे, माहे माहे रे,
ਸਾਡਾ ਪਿਆਰ ਕਰੇਂਦਾ ਏ ਸਿੱਜਦਾ ਸਾਡੇ ਵੇੜੇ ਆਉਣ ਵਾਲਿਓ ਸਾਡਾ ਪਿਆਰ ਕਰੇਂਦਾ ਏ ਸਿੱਜਦਾ ਸਾਡੇ ਵੇੜੇ ਆਉਣ ਵਾਲਿਓ ਸਾਡੇ ਵੇੜੇ ਜੀ ਆਉਣ ਵਾਲਿਓ ਸਾਡਾ ਪਿਆਰ ਭਇਆ ਅਨੰਦ ਭਇਆ ਅਨੰਦ ਭਇਆ ਅਨੰਦ ਭਇਆ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਜਾਦਾ ਧਿਆਨ ਤੱਕ ਕੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਾਹੀ ਦੇਖਿਆ ਨਿਠ ਕੀਤਾ ਤਿੰਨਾਂ ਦੀ ਕਮਾਈ ਧਿਆਨ ਤੱਕ ਕੇ ਖਾਲਸਾ ਸਾਹਿਬ ਬੋਲੋ ਜੀ ਇਹ ਮਾਣਿਆਂ ਦਾ ਮਾਣ ਸਤਿਗੁਰੂ ਜੀ ਨਿਤਾਣਿਆਂ ਦੇ ਤਾਣ ਸਤਿਗੁਰੂ ਜੀ ਉਹ ਨਿਉਟਿਆਂ ਦੀ ਉੱਠ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਗੜੀ ਹੈ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਸਦਕਾ ਧੰਨ ਧੰਨ ਸੰਤ ਬਾਬਾ ਬਹਾਦਰ ਸਿੰਘ ਮਹਾਰਾਜ ਜੀ ਦੇ ਚਰਨ ਸੋ ਸਥਾਨ ਗੁਰਦੁਆਰਾ ਅਕਾਲਸਰ ਸਾਹਿਬ ਵਿਖੇ ਆਪ ਜੀ ਦੇ ਚਰਨਾਂ ਦੇ ਸੇਵਕ ਸਰਦਾਰ ਨਗਿੰਦਰ ਸਿੰਘ ਜੀ ਅਤੇ ਸਰਦਾਰ ਬਲਜੀਤ ਸਿੰਘ ਜੀ ਦੋ ਪਰਿਵਾਰਾਂ ਦੇ ਮੇਲ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਦੋਨੋਂ ਹੀ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਊਟ ਆਸਰਾ ਲੈਂਦੇ ਹੋਏ ਬੀਬਾ ਮਨਦੀਪ ਕੌਰ ਭਾਈ ਜਗਵਿੰਦਰ ਸਿੰਘ ਦੋਨੋਂ ਬੱਚਿਆਂ ਦੇ ਆਨੰਦ ਕਾਰਜ ਦੀ ਰਸਮ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੇ ਚਰਨਾਂ ਦਾ ਊਟ ਆਸਰਾ ਲਿਆ ਜਾ ਰਿਹਾ ਸਤਿਗੁਰੂ ਜੀ ਬਖਸ਼ਿਸ਼ ਕਰੋ ਕਿਰਪਾ ਕਰੋ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਇਲਾਹੀ ਦਰਗਾਹੀ ਫਰਮਾਨ ਬਖਸ਼ਿਸ਼ ਕਰਕੇ ਦੋਨੋਂ ਬੱਚਿਆਂ ਦੇ ਆਨੰਦ ਕਾਰਜ ਦੀ ਰਸਮ ਆਰੰਭ ਕਰਨ ਦੀ ਆਗਿਆ ਬਖਸ਼ੋ ਨਿਰਵਿਘਨਤਾ ਸਹਿਤ ਆਨੰਦ ਕਾਰਜ ਦੀ ਰਸਮ ਸੰਪੂਰਨ ਕਰਵਾਉਣੀ ਸਹੀ ਪਿਆਰੇ ਮਿਲੋ ਜਿਹਨਾਂ ਮਿਲਿਆ ਉਹਦਾ ਨਾਮ ਚੇਤਾ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਇੱਛਾ ਪੂਰਕ ਸਭ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ
ਜਾਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਪ ਹੈ ਮੇਰੇ ਮਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤ ਗੁਰਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸ ਲਹਿਰ ਮੈਂ ਉਦਰ ਜਲ ਕੇ ਵਰ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸ ਲਹਿਰ ਮੈਂ ਉਦਰ ਜਲ ਕੇ ਵਰ ਜਲ ਮਾਹੀ ਮਾਧਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਓ ਨਰਪਤੇ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਰਾਜ ਕੁਯੰ ਪ੍ਰਸੰਗ ਜੈਸੇ ਹੈ ਅਵਕਸ ਮਰਨ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਸਰਬੇ ਏਕ ਅਨੇਕੈ ਸਵਾਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ ਸਰਬੇ ਏਕ ਅਨੇਕੈ ਸਵਾਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਦਾ ਦੀ ਜਿਹੜੀ ਆਗਿਆ ਹੈ ਉਹ ਹੁਕਮਨਾਮੇ ਜੋ ਦੇ ਵਿੱਚ ਬਖਸ਼ਿਸ਼ ਹੋਈ ਹੈ ਸੋ ਬੇਨਤੀ ਹੈ ਜੀ ਕਾਕੇ ਦਾ ਜਿਹੜਾ ਪੱਲਾ ਹੈ ਉਹ ਬੀਬਾ ਜੀ ਨੂੰ ਪੜਾਇਆ ਜਾਵੇ ਪੱਲੇ ਸਤਿਗੁਰ ਗੁਰ ਪੂਰਾ ਆਰਾਧੋ
सब किल लिखा पाप गवाया सहज आनंद हुआ बड़ भागी मन हर हर मीठा लाया जन कह नानक लाभ पहली आरंभ काज रचाया सुई महला चपा हर पहर ढीला पर विनती कर मंगनाया पानी ब्रह्मा पेड़ तन मंदिर पावन तर जाया बलरामियो पानी ब्रह्मा पाप जाया बलदानियो धर्म दिनो हर नाम तया सिंह तेनाम दृढ़ाया सतगुर गुर पूरा सब किल हर उपजै मन बैराग जियो
ਹਰਤੀ ਜੜੀ ਲਾ ਮਨ ਚਾਉ ਭਇਆ ਬੈਰਾਗੀਆ ਪਲ ਰਾਉ ਜਿਉ ਸੰਤ ਜਨਾ ਹਰ ਮੇਲ ਹਰ ਪਾਇਆ ਬੜ ਪਾਗੀਆ ਪਲ ਰਾਉ ਜਿਉ ਨਿਰਮਲ ਹਰ ਪਾਇਆ ਹਰ ਗੁਣ ਹਾਂ ਮੇਰੋ ਬੰਦਿਆ ਤੁਸੀਂ ਦਾਤਾ ਹਾਂ
ਆਪ ਜੀ ਦੇ ਚਰਨਾਂ ਦੇ ਸੇਵਕ
ਸਰਦਾਰ ਨਗਿੰਦਰ ਸਿੰਘ ਜੀ ਅਤੇ ਸਰਦਾਰ ਬਲਜੀਤ ਸਿੰਘ ਜੀ ਦੋ ਪਰਿਵਾਰਾਂ ਦੇ ਮੇਲ ਹੋਏ। ਸਤਿਗੁਰੂ ਜੀ ਦੋਨੋਂ ਹੀ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਉਟਾ ਆਸਰਾ ਲੈਂਦੇ ਹੋਏ ਬੀਬਾ ਮਨਦੀਪ ਕੌਰ, ਭਾਈ ਜਗਵਿੰਦਰ ਸਿੰਘ ਦੋਨੋਂ ਬੱਚਿਆਂ ਦੇ ਆਨੰਦ ਕਾਰਜ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੇ ਚਰਨਾਂ ਦਾ ਉਟਾ ਆਸਰਾ ਲਿਆ ਗਿਆ। ਸਤਿਗੁਰੂ ਜੀ ਆਪ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਬੀਬਾ ਮਨਦੀਪ ਕੌਰ, ਭਾਈ ਜਗਵਿੰਦਰ ਸਿੰਘ ਦੋਨੋਂ ਹੀ ਬੱਚਿਆਂ ਦੇ ਆਨੰਦ ਕਾਰਜ ਦੀ ਰਸਮ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸੰਪੂਰਨ ਹੋਈ ਹੈ। ਦੋਨੋਂ ਹੀ ਪਰਿਵਾਰਾਂ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਲਈ ਸੁੰਦਰ ਮਾਲੇ ਪਛਾਕੇ ਪਹਿਨਾਇਆ ਗਿਆ ਨੰਗ ਜੀ ਅੰਗੀਕਾਰ ਕਰਨੇ ਜੀ। ਆਪਣੇ ਬੱਚਿਆਂ ਦੇ ਲੋਕ ਅਤੇ ਪੱਲੋ ਦੇ ਪੜ੍ਹਦੇ ਗਜਣੇ ਅੰਗ ਸੰਗੋ ਕੇ ਸਹਾਇਤਾ ਕਰਨੀ। ਸਤਿਗੁਰੂ ਜੀ ਦੋਨੋਂ ਹੀ ਪਰਿਵਾਰਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਗ੍ਰੰਥੀ ਸਿੰਘਾਂ ਕੋਲੋਂ ਬਾਣੀ ਪੜ੍ਹਦੇ ਹਾਂ, ਰਾਗੀ ਸਿੰਘਾਂ ਕੋਲੋਂ ਕੀਰਤਨ ਕਰਦੇ ਹਾਂ, ਬੱਚਿਆਂ ਕੋਲੋਂ ਸਤਿਗੁਰੂ ਜੀ ਬਾਣੀ ਸਰਵਣ ਕਰਦੇ ਹਾਂ, ਆਨੰਦ ਕਾਰਜ ਦੀ ਰਸਮ ਅਦਾ ਕਰਦੇ ਹਾਂ, ਹੋਈਆਂ ਬੇਅੰਤ ਫੁੱਲਾਂ ਦੀ ਕਿਮਾ ਬਖਸ਼ ਦੇਣੀ। ਸਤਿਗੁਰੂ ਜੀ ਕਿਰਪਾ ਕਰਨੀ ਜਿੰਨੀਆਂ ਵੀ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਗਈ ਹੈ, ਹਾਜ਼ਰ ਸੰਗਤਾਂ ਦੀ ਹਾਜ਼ਰੀ ਦਿਲ ਫੁੱਲ ਭੇਟਾ ਵਾ, ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀਆਂ। ਦੋਨੋਂ ਹੀ ਪਰਿਵਾਰਾਂ ਦੇ ਰਹਿੰਦੇ ਕਾਰਜ ਨਿਰਵਿਘਨਤਾ ਸਹਿ ਸੰਪੂਰਨ ਕਰਨੇ ਕਿਰਪਾ ਕਰਨੇ। ਸਤਿਗੁਰੂ ਜੀ ਬੀਬਾ ਮਨਦੀਪ ਕੌਰ, ਭਾਈ ਜਗਵਿੰਦਰ ਸਿੰਘ ਦੋਨੋਂ ਹੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਸਾਰੀ ਉਮਰ ਨਾਲ ਮਿਲ ਕੇ ਰਹਿਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਹੀ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਆਗਿਆਕਾਰੀ ਮਨਾਉਣਾ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਕਿਰਪਾ ਕਰੋ ਜੀ ਇਸ ਵੇਲੇ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰੋ, ਬਖਸ਼ੋ ਜੀ ਇਲਾਹੀ ਦਰਗਾਹੀ ਫਰਮਾਨ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ। ਆਪ ਜੀ ਦੇ ਦਰ ਤੇ ਜੋ ਵੀ ਆਵੇ ਸੋ ਰਾਜੀ ਜਾਵੇ, ਮਨੋਂ ਮੰਗੀਆਂ ਮੁਰਾਦਾਂ ਪਾਵੇ, ਗੁਰੂ ਨਾਨਕ ਨਾਮ ਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤੂ ਨਾਹੀ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤੂ ਨਾਹੀ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਿਤ ਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਿਤ ਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਦੇ ਆਨੰਦ ਕਾਰਜ ਦੀ ਰਸਮ ਨੂੰ ਮੁੱਖ ਰੱਖਦੇ ਹੋਏ ਗੁਰੂ ਚਰਨਾਂ ਦਾ ਉਟਾ ਆਸਰਾ ਲਿਆ ਗਿਆ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਦੋਨੋਂ ਬੱਚਿਆਂ ਦੇ ਆਨੰਦ ਹੋਈ ਹੈ, ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸੰਪੂਰਨ ਹੋਈ ਹੈ। ਸੋ ਗੁਰਦੁਆਰਾ ਖਾਲਸਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਹੁੰਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉੱਥੇ ਕੋਈ ਨਾ ਕੋਈ ਬਹਾਨਾ ਬਣਾ ਕੇ ਇਨਸਾਨ ਚਲਾ ਜਾਂਦਾ ਹੈ। ਸੋ ਭਾਈ ਬਲਜੀਤ ਸਿੰਘ ਜੀ ਦੇ ਸਾਰੇ ਪਰਿਵਾਰ ਵੱਲੋਂ 1100 ਰੁਪਏ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉੱਥੇ ਬਹਾਨਾ ਬਣਾ ਕੇ ਇਨਸਾਨ ਨੂੰ ਜਾਣਾ ਪੈਂਦਾ ਹੈ। ਔਰ ਸਤਿਗੁਰਾਂ ਦੀ ਕਿਰਪਾ ਸਦਕਾ ਆਪਣੇ ਗਰੇਵਾਲ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀ, ਧੰਨਵਾਦ ਹੈ ਜੀ, ਸਮੇਂ ਤੇ ਆ ਗਏ ਆਪੋ, ਸਤਨਾਮ ਸ੍ਰੀ ਗੁਰੂ। ਚਲੋ ਜੀ, ਇਹ ਸਮਾਂ ਠੀਕ ਹੈ ਨਹੀਂ, ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਹੈ ਜੀ ਆਨੰਦ ਕਾਰਜ ਦਾ ਜਿਹੜਾ ਰਸਮਾਂ ਨੇ ਨਾ, ਖੁਸ਼ੀਆਂ ਬਖਸ਼ੇ
ਗੁਰਦੁਆਰਾ ਖਾਲਸਾ ਸਾਹਿਬ ਵਿਖੇ ਜਿਹਨਾਂ ਬੱਚਿਆਂ ਦੇ ਆਨੰਦ ਕਾਰਜ ਹੁੰਦੇ ਹਨ ਉਹਨਾਂ ਨੂੰ ਮੈਨੇਜਮੈਂਟ ਵੱਲੋਂ ਆਨੰਦ ਕਾਰਜ ਦਾ ਇੱਕ ਵਾਰ ਧੰਨਵਾਦ ਜੀ ਆਇਆਂ ਜੀ। ਦੋਨੋਂ ਹੀ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬਧਾਈਆਂ ਮਨ ਬਜੀਆਂ ਬਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਪਰੀਆਂ ਬਧਾਈਆਂ 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 ਮਨ ਬਜੀਆਂ ਬਧਾਈਆਂ ਮਨ ਬਜੀਆਂ ਬਧਾਈਆਂ ਮਨ ਬਜੀਆਂ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਦੀਆਂ ਵਧਾਈਆਂ 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 ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਪਰੀਆਂ ਵਧਾਈਆਂ 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 ਸ਼ਬਦੋ ਤੰਗਾਵੋ ਹਰੀ ਕੇਰਾ ਮਨ ਦਿਨੀ ਵਸਾਇਆ ਕਹੇ ਨਾਨਕ